ਹੱਥ ਜੋੜਦਾ ਕਿ ਇਨਸਾਫ ਨਹੀਂ ਦੇਣਾ ਨਾ ਦਿਓ ਪਰ ਸਿਵਿਆਂ 'ਚ ਪਈ ਸੁਆ ਨਾ ਡਾਓ ਸਿੱਧੂ ਦੇ ਮਾਤਾ ਪਿਤਾ ਦੇ ਜ਼ਖਮਾਂ ਤੇ ਨੂਨ ਨਾ ਪਕੋ ਇਨਸਾਫ ਤੁਹਾਡੇ ਤੋਂ ਦੇ ਵੀ ਨਹੀਂ ਹੋਣਾ ਕਿਉਂਕਿ ਲੱਤਾ 'ਚ ਜਾਨ ਚਾਹੀਦੀ ਹੈ ਇਨਸਾਫ ਦੇਣ ਦੇ ਲਈ ਉਹ ਤੁਹਾਡੇ 'ਚ ਜੁਰਤਾ ਜਿਗਰੇ ਹੈ ਨਹੀਂ ਲੱਤਾ 'ਚ ਜਾਨ ਚਾਹੀਦੀ ਹੈ ਮੁੱਸੇ ਵਾਲਾ ਦਾ ਇਨਸਾਫ ਦੇਣ ਲਈ ਪਰ ਤੁਸੀਂ ਇੰਨਾ ਕੁਝ ਕਰ ਨਹੀਂ ਸਕਦੇ ਪਰ ਇਨਸਾਫ ਤਾਂ ਕੀ ਦੇਣਾ ਸੀ ਤੁਸੀਂ ਜਖਮਾਂ ਤੇ ਲੂਣ ਭੁੱਕਣ ਲੱਗਿਓ ਕਿ ਮੂਸੇ ਵਾਲਾ ਸਿਕਿਉਰਿਟੀ ਨਾਲ ਕਿਉਂ ਨਹੀਂ ਲੈ ਕੇ ਗਿਆ ਤੁਹਾਡਾ ਕਹਿਣ ਦਾ ਮਤਲੇ ਵੇ ਆ ਕਿ ਮੂਸੇ ਵਾਲਾ ਆਪਣੀ ਮੋਹਤਾਬ ਮਰਿਆ ਉਹ ਸ਼ਰਮ ਕਰ ਲੋ ਸ਼ਰਮ ਇੱਕ ਮੰਤਰੀ ਤੁਹਾਡਾ ਪਹਿਲਾ ਦਿਨ ਚਾ ਕੇ ਧਰਨਾ ਚਕਾਰਿਆ ਕਹਿ ਰਿਹਾ ਕਿ ਅਸੀਂ ਸਭ ਕੁਝ ਕਰ ਦਾਂਗੇ ਸਾਡੀ ਸਰਕਾਰ ਲੱਗੀ ਹੋਈ ਹੈ ਭਵੰਤ ਦੀ ਸਰਕਾਰ ਲੱਗੀ ਹੋਈ ਹੈ ਤੁਹਾਡਾ ਆਪਣਾ ਸੀਐਮ ਹੈ ਪਰ ਸਮਝੋ ਬਾਹਰ ਨਹੀਂ ਕਹਾਣੀਆਂ ਕਿ ਅੱਜ ਤੱਕ ਇਨਸਾਫ ਕਿਉਂ ਨਹੀਂ ਮਿਲਿਆ ਕਿ ਠੇਰ ਕਾਪਟਾ ਹੈ ਅਗਲਾ ਸ਼ਰੀਆਮ ਨੌ ਲੈ ਰਿਆ ਆ ਕੇ ਕਿਉਂ ਨਹੀਂ ਫੜਦੇ ਕੁਰਸੀਆਂ ਤੇ ਬਿਠਾ ਕੇ ਮੋੜ ਦਿੰਨੇ ਹੋ ਕੱਲਾ ਕੁਰਸੀਆਂ ਤੇ ਬਿਠਾਉਣ ਨਾਲ ਮਸਲੇ ਹੱਲ ਨਹੀਂ ਹੋਣੇ ਕਾਰਵਾਈ ਕਰਨੀ ਪੈਣੀ ਆ ਉਸ ਮਾਂ ਪਿਓ ਦਾ ਕਾਲਜਾ ਠਾਰਨਾ ਪੈਣਾ ਇਸ ਕਰਕੇ ਇਹ ਸਰਕਾਰਾਂ ਇਹ ਸਰਕਾਰਾਂ ਇਦਾਂ ਹੀ ਕਰਦੀਆਂ ਹੁੰਦੀਆਂ ਨੇ ਇੱਕ ਮੰਤਰੀ ਹੱਕ 'ਚ ਤੇ ਦੂਜਾ ਵਿਰੋਧ 'ਚ ਇਹੀ ਕੁਝ ਹੁਣ ਹੋਇਆ ਪਹਿਲਾਂ ਕਾਲੀ ਕਾਂਗਰਸ ਵੀ ਇਹੀ ਕੁਝ ਕਰਦੇ ਆਏ ਨੇ ਤੇ ਹੁਣ ਇਹ ਝਾੜੂ ਵਾਲੇ ਵੀ ਇਹੀ ਕੁਝ ਕਰ ਰਹੇ ਨੇ ਕੁਲਦੀਪ ਧਾਲੀਵਾਲ ਹੱਕ 'ਚ ਬੋਲ ਜਾਂਦਾ ਭਰੋਸਾ ਦੇ ਦਿੰਦਾ ਮਾਤਾ ਪਿਤਾ ਨੂੰ ਤੇ ਉਹ ਵਿਚਾਰੇ ਉੱਠ ਕੇ ਆ ਜਾਂਦੇ ਤੇ ਉਸ ਤੋਂ ਬਾਅਦ ਅਮਨ ਰੋੜਾ ਆਥ ਨੇ ਜ਼ਹਿਰ ਉਗਲ ਦਿੰਦਾ ਐ ਇੱਥੋਂ ਪਤਾ ਲੱਗਦਾ ਹੈ ਕਿ ਕੋਈ ਇਨਸਾਫ ਨਹੀਂ ਦੇਣਾ ਇਹਨਾਂ ਨੇ ਸਿਰਫ ਡਰਾਮੇ ਕਰਦੇ ਆ ਡਰਾਮੇ ਸਿਰਫ ਡਰਾਮੇ ਕਰਦੇ ਆ ਮੁੱਸੇ ਵਾਲਾ ਦਾ ਇਨਸਾਫ ਸੰਦੀਪ ਨੰਗਲੰਬੀਆਂ ਦਾ ਇਨਸਾਫ ਦੀਪ ਸਿੱਧੂ ਦਾ ਇਨਸਾਫ ਇਹਨਾਂ ਤੋਂ ਨਹੀਂ ਦੇ ਹੋਣਾ ਇਹ ਅੱਜ ਲਿਖਿਆ ਕੇ ਲੈ ਲੋ ਇਹ ਸਿਰਫ ਡਰਾਮੇ ਬਾਜ਼ ਐ ਡਰਾਮੇ ਬਾਜ਼ ਕਿਵੇਂ ਜ਼ਹਿਰਾਂ ਉਗਲਦੇ ਆ ਦਿਲ 'ਚ ਕੀ ਲਈ ਬੈਠੇ ਆ ਮੁੱਸੇ ਵਾਲੇ ਦੇ ਲਈ ਇਹ ਇਹ ਸਭ ਕੁਝ ਅਮਨ ਰੋੜੇ ਦੀ ਬੋਲਬਾਣੀ ਦੱਸਦੀ ਐ ਆਮਰ ਰੋੜੇ ਦੇ ਦਿੱਤੇ ਬਿਆਨ ਦੱਸਦੇ ਐ ਇੱਥੋਂ ਪਤਾ ਲੱਗਦਾ ਕਿ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ ਚੱਲਦਾ ਹੈ ਇਸ ਕਰਕੇ ਮੈਂ ਮੂਸੇ ਵਾਲੇ ਦੇ ਪਿਤਾ ਨੂੰ ਮਾਤਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਦੇਓ ਕਾਲ ਇੱਕ ਪੰਜਾਬ ਨੂੰ ਪੂਰਾ ਪੰਜਾਬ ਬੰਦ ਕਰ ਦਾਂਗੇ ਪੂਰੇ ਪੰਜਾਬ ਦੇ ਵਿੱਚ ਧਰਨੇ ਲਾ ਦਾਂਗੇ ਤੁਸੀਂ ਇੱਕ ਵਾਰੀ ਸੱਦ ਕੇ ਤਾਂ ਦੇਖੋ ਫੇਰ ਇਨਸਾਫ ਮਿਲਣਾ ਨਹੀਂ ਇਹਨਾਂ ਨੇ ਆ ਭਰੋਸੇ ਦੇ ਦੇ ਕੇ ਇਨਸਾਫ ਨਹੀਂ ਦੇਣਾ ਮੈਂ ਬਾਪੂ ਬਲਕੌਰ ਸਿੰਘ ਨੂੰ ਕਹਿਣਾ ਚਾਹਣਾ ਮਾਤਾ ਚਰਨ ਕੌਰ ਨੂੰ ਕਹਿਣਾ ਚਾਹਣਾ ਕਿ ਪੂਰਾ ਪੰਜਾਬ ਤੁਹਾਡੇ ਨਾਲ ਹੈ ਸੜਕਾਂ ਤੇ ਆ ਕੇ ਬੈਠੋ ਧਰਨੇ ਲਾਓ ਫੇਰ ਇਹਨਾਂ ਦੇ ਇਹਨਾਂ ਦੀ ਕੰਨ ਤੇ ਜੂੰ ਸਰਕਣੀ ਹੈ ਨਹੀਂ ਇਹਨਾਂ ਨੇ ਤੁਹਾਨੂੰ ਹਰ ਥਾਂ ਤੋਂ ਭਰੋਸੇ ਦੇ ਕੇ ਠਾ ਦਿਆ ਕਰਨਾ ਤੇ ਸਾਮ ਨੂੰ ਇਹਨਾਂ ਦੇ ਮੰਤਰੀ ਹੀ ਜ਼ਹਿਰ ਉਗਲਿਆ ਕਰਨਗੇ ਇਸ ਕਰਕੇ ਪੂਰਾ ਪੰਜਾਬ ਡੀਕ ਰਿਹਾ ਇੱਕ ਕਾਲ ਦਿਓ ਤਾਂ ਸਹੀ ਪੂਰਾ ਪੰਜਾਬ ਜਾਮ ਹੋ ਜਾਊਗਾ ਜੇ ਇਨਸਾਫ ਲੈਣਾ ਹੈ ਫੇਰ ਇਨਸਾਫ ਮਿਲੂਗਾ ਨਹੀਂ ਇਨਸਾਫ ਨਹੀਂ ਮਿਲਣਾ ਇਹ ਗੱਲ ਯਾਦ ਰੱਖਿਓ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਕਿ ਬਾਈ ਆਵਾਜ਼ ਠਾਓ ਅਸੀਂ ਇੱਕ ਵਾਰ ਤਾਂ ਬੜਾ ਵੱਧ ਚੜਕੇ ਹਿੱਸਾ ਲੈਨੇ ਹਰ ਇੱਕ ਚੀਜ਼ ਚ ਪਰ ਉਸ ਤੋਂ ਬਾਅਦ ਸਰਕਾਰ ਜਾਣਬੁੱਝ ਕੇ ਹਰੇਕ ਕੰਮ ਨੂੰ ਢਿੱਲੇ ਪਾ ਦਿੰਦੀ ਹੈ ਜਦੋਂ ਸਮਾਂ ਬੀਤ ਜਾਂਦਾ ਤੇ ਅਸੀਂ ਵੀ ਘਰਾਂ 'ਚ ਵੜ ਕੇ ਬਹਿ ਜਾਂਦੇ ਹਾਂ ਭੁੱਲਿਆ ਨਾ ਕਰੋ ਪੰਜਾਬੀਓ ਤੁਸੀਂ ਭੁੱਲਣਹਾਰ ਹੋ ਗਿਓ ਭੁੱਲੋ ਨਾ ਬਾਈ ਦੀਪ ਦੇ ਕਾਤਲ ਨੂੰ ਭੁੱਲੋ ਨਾ ਸੰਦੀਪ ਨੰਗੀਆਂ ਨੰਗਲੰਬੀਆਂ ਦੇ ਕਤਲ ਨੂੰ ਭੁੱਲੋ ਨਾ ਸਿੱਧੂ ਮੂਸੇ ਵਾਲੇ ਦੀ ਬੇਰਹਿਮੀ ਨਾਲ ਕੀਤੇ ਹੋਏ ਕਤਲ ਨੂੰ ਇਨਸਾਫ ਲੈਣਾ ਪੈਣਾ ਸੜਕਾਂ ਤੇ ਆਉਣਾ ਪੈਣਾ ਹੈ